लो मैं तोड़ो, लो मैं तोड़ दनी यार। देख लो हुण मिट्टी मिलनी औखी हुई पई आ। फिर तो मैं मिट्टी मिट्टी मैं तेन क्या मैं तो वजन माड़ा जहाँ नहीं चकना सरते फिर आंटी बाद विच ओ जड़ी एक पांडू हुंदी है ना पांडू ओदी भी तली दन्ने है ना। फिर उन्होंने पहला तो गोहा मिट्टी फेरे। हाँ जी सारे थी पहला सुमार के गोहा मिट्टी मोटा मोटा फेर ले। हाँ जी ओदे बाद जो गोहे मिट्टी ना साफ हो जाए फिर पांडू ना सफाई आ जाती है। हाँ जी हाँ जी वो जरूरी होंदा ना। हाँ वो जरूरी होंदा गोहा मिट्टी है। सफाई वादा जाती है फिर जरूरी है अपना पानी का पतीला धर ला मगर मर्जी वरती है पतली पतली रही हाँ जी सट आ जाए सवेरे फिर लगेगी पतली पतली सारी केरा नहीं ना खड़ती है फिर। अच्छा जी दो ग्राम खड़ती है ना जरा उच्चा नहीं मंगता। हाँ जी भर जाता
ਸਾਨੂੰ ਤਾਂ ਘੱਟੇ ਲੋੜ ਰਹਿੰਦੀ ਹੈ ਚੁੱਲ੍ਹੇ ਦੀ ਗੈਸ ਕਰਕੇ। ਹਾਂਜੀ ਹਾਂਜੀ ਉਹ ਹੀ ਸਾਨੂੰ ਵਧੀਆ ਰਹਿੰਦਾ, ਕਿਸੇ ਦੇ ਕੰਮ ਜਾਬਨ ਹੁੰਦੇ ਆ ਕਿਸੇ ਦੇ ਨਹੀਂ। ਹਾਂਜੀ ਇਹ ਤਾਂ ਹੈ। ਹਾਂਜੀ ਹਾਂਜੀ ਇਹ ਸਰਦੀਆਂ ਦੇ ਵਿੱਚ ਸਾਡੇ ਗੋਬਰ ਗੈਸ ਡਾਊਨ ਹੋ ਜਾਂਦਾ ਥੋੜ੍ਹਾ ਜਿਹਾ। ਹਾਂਜੀ ਫਿਰ ਅਸੀਂ ਸਾਗ ਇਹਦੇ 'ਤੇ ਹੀ ਬਣਾਉਂਦੇ ਹਾਂ। ਨਾਲੇ ਨਾਲੇ ਉਹ ਰਹਿੰਦੇ ਵੀ ਨਹੀਂ ਹੈਗੇ, ਉਹ ਤਾਂ ਉਹ ਤਾਂ ਟੁੱਟ ਜਾਂਦੇ ਨੇ। ਜੇ ਤਾਂ ਕੁੰਡੇ ਨਾ ਹੁੰਦੇ ਫਿਰ ਐਂ ਡੂੰਡਨੇ ਤੁਹਾਡੇ ਵਿਛਵੇਂ ਲੱਗ ਜਾਣੇ। ਖਾਣੋ ਬਸ ਤੂੰ ਐਂ। ਹਾਂ ਬਸ ਹੁਣ ਤੇਰੇ ਐਂ ਸਾਰਾ ਆ ਮੁਰੇ ਆ ਜਾਣੀ। ਹਾਂ ਇਹ ਹੁਣ ਇਹਦੀ ਕੰਗਣੀ ਭਰ ਕੇ ਦੀਆਂ ਰੋਲ ਕਰਕੇ। ਹਾਂ ਸਰ ਜਾਣਾ ਜੀ, ਮਿੱਟੀ ਤਾਂ ਪਈ ਵੀ ਆ ਜੇ ਆ ਇਹਦੇ ਵਿੱਚ। ਹਾਂ ਥੋੜੀ ਜੀ ਭਿਉਂਦੀ ਦੀ ਵੀ ਚੱਲ। ਹਾਂ ਦੇਖੋ ਜੀ ਹੁਣ ਤੇ ਨਹੀਂ ਕੰਮ ਦਾ ਤਾਂ ਨਹੀਂ ਹੁੰਦਾ ਕੁਛ ਵੀ ਭੈਣ ਜੀ, ਇੱਕ ਕੌਲ ਹੋ ਜਾਂਦੀ ਕੰਮ ਦੀ। ਹੋਰ ਕੁਛ ਨਹੀਂ, ਉੱਧਰ ਲੈ ਜਾਓ ਮੰਮੀ ਪਿਆਜ਼ਾਂ ਹੋਰ। ਸਤਿ ਸ਼੍ਰੀ ਅਕਾਲ, ਪਿੰਡ ਦੀ ਨੋਹਰ ਦੇ ਵਿੱਚ ਤੁਹਾਡਾ ਸਵਾਗਤ ਹੈ। ਫਰੈਂਡਸ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਆਪਾਂ ਨੇ ਨਵਾਂ ਚੁੱਲ੍ਹਾ ਬਣਾਇਆ ਅਤੇ ਨਵੇਂ ਚੁੱਲ੍ਹੇ ਦਾ ਮਹੂਰਤ ਕਰਨ ਲਈ ਆਪਾਂ ਸਾਗ ਬਣਾਵਾਂਗੇ। ਸਾਗ ਬਣਾਉਣ ਲਈ ਮੈਂ ਇੱਥੇ ਸਰ੍ਹੋਂ ਦਾ ਸਾਗ ਲਿਆ, ਇਹ ਮੈਂ ਦੋ ਤਰ੍ਹਾਂ ਦਾ ਸਾਗ ਲਿਆ। ਇਹਦੇ ਵਿੱਚ ਮੈਂ ਇੱਕ ਇਹ ਚੌੜੇ ਪੱਤੇ ਵਾਲੀ ਜਿਹੜੀ ਸਰ੍ਹੋਂ ਹੁੰਦੀ ਹੈ ਇਹ ਐਡ ਕੀਤੀ ਆ, ਇਹ ਤੁਸੀਂ ਦੇਖ ਸਕਦੇ ਤਾਂ ਪੱਤਾ ਚੌੜਾ ਹੈ। ਇਹ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿਉਂਕਿ ਉਹਨਾਂ ਦੇ ਖੇਤਾਂ ਵਿੱਚ ਹੁੰਦੀ ਰਹਿੰਦੀ ਹੈ। ਜੇ ਤੁਹਾਨੂੰ ਮਿਲਦਾ ਤੁਸੀਂ ਜ਼ਰੂਰ ਪਾਓ। ਅਤੇ ਇੱਕ ਮੈਂ ਇਹ ਪਾਲਕ ਲਈ ਹੈ ਅਤੇ ਇਹ ਮੈਂ ਮੇਥੇ ਲਏ ਨੇ, ਇਹ ਮੇਥੀ ਹੈ। ਮੇਥੇ ਅਤੇ ਮੇਥੀ ਦੇ ਵਿੱਚ ਫਰਕ ਹੁੰਦਾ, ਮੇਥੇ ਦਾ ਆਪਣਾ ਟੇਸਟ ਹੈ, ਮੇਥੀ ਦਾ ਆਪਣਾ। ਤੁਸੀਂ ਜੇ ਮੇਥੇ ਸਾਗ ਵਿੱਚ ਪਾਉਂਦੇ ਤਾਂ ਮੇਥੀ ਵੀ ਜ਼ਰੂਰ ਪਾਇਆ ਕਰੋ, ਇਹਨਾਂ ਦਾ ਟੇਸਟ ਬਹੁਤ ਵਧੀਆ ਬਣਦਾ। ਅਤੇ ਫਰੈਂਡਸ ਜਿਵੇਂ ਆਲੂ ਕਚੌਰੀ, ਆਲੂ ਦਾ ਪਰਾਂਠਾ ਅਤੇ ਸਲਗਮ ਦੀ ਸਬਜ਼ੀ, ਗਾਜਰ ਦੀ ਸਬਜ਼ੀ, ਇਹਨਾਂ ਵਿੱਚ ਵੀ ਮੇਥੀ ਪਾ ਕੇ ਦੇਖਿਓ, ਇਹਨਾਂ ਦਾ ਕਾਫੀ ਵਧੀਆ ਟੇਸਟ ਹੁੰਦਾ। ਅਤੇ ਫਰੈਂਡਸ ਹੁਣ ਆਪਾਂ ਇਹਨੂੰ ਇਹ ਆਪਾਂ ਨੇ ਸਮਾਰ ਲਏ, ਇਹਨਾਂ ਧੋਣਾ ਅਤੇ ਆਪਾਂ ਸਮਾਰ ਲੈਂਦੇ ਹਾਂ। ਮੇਰੇ ਕੋਲ ਪਹਿਲਾਂ ਹੀ ਪੱਤਾ ਜ਼ਿਆਦਾ, ਇਸ ਕਰਕੇ ਮੈਂ ਇਹ ਪੱਤਾ ਘੱਟ ਰੱਖੂੰਗੀ। ਅਤੇ ਇਹ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹਨੂੰ ਮੈਂ ਕਿੱਦਾਂ ਛਿੱਲਦੀ ਹਾਂ। ਇਹਨੂੰ ਮੈਂ ਥੱਲੇ ਇਸ ਤਰ੍ਹਾਂ ਛਿੱਲ ਲੈਂਦੀ ਹਾਂ, ਇਹਦੇ ਨਾਲ ਇਹ ਛੇਤੀ ਰਿੱਝ ਜਾਂਦਾ, ਨਹੀਂ ਤਾਂ ਇਹਨੂੰ ਟਾਈਮ ਲੱਗਦਾ। ਇੱਦਾਂ ਇਹਨੂੰ ਮੈਂ ਛਿੱਲ ਲੈਂਦੀ ਹਾਂ, ਛਿੱਲਣ ਨਾਲ ਇਹਨੂੰ ਘੱਟ ਟਾਈਮ ਲੱਗਦਾ ਅਤੇ ਵਧੀਆ ਬਣ ਜਾਂਦਾ। ਵੈਸੇ ਤਾਂ ਇਹ ਸਾਗ ਸਾਰਿਆਂ ਨੂੰ ਬਣਾਉਣਾ ਆਉਂਦਾ, ਇਹਦੇ ਬਾਰੇ ਪਤਾ, ਪਰ ਹੋ ਸਕਦਾ ਮੇਰੀਆਂ ਕੁਛ ਗੱਲਾਂ ਦੱਸਣ ਨਾਲ ਤੁਹਾਨੂੰ ਸਾਗ ਬਣਾਉਣ ਦੇ ਵਿੱਚ ਕਾਫੀ ਹੈਲਪ ਹੋ ਸਕੇ। ਅਤੇ ਫਰੈਂਡਸ ਆਪਾਂ ਇਹਨੂੰ ਧੋ ਕੇ ਸਮਾਰ ਕੇ ਧਰ ਲਾਂਗੇ, ਅਤੇ ਧਰਨ ਤੋਂ ਬਾਅਦ ਇਹਦੇ ਵਿੱਚ ਲਸਣ ਅਤੇ ਪਿਆਜ਼ ਕੱਟ ਕੇ ਪਾ ਲਾਂਗੇ ਅਤੇ 2-3 ਘੰਟੇ ਲਈ ਇਹਨੂੰ ਰਿਝਾਵਾਂਗੇ। ਅਤੇ ਆਲਣ ਪਾਉਣ ਤੋਂ 1/2 ਘੰਟਾ ਪਹਿਲਾਂ ਆਪਾਂ ਇਹਦੇ ਵਿੱਚ ਹਰੀ ਮਿਰਚ ਅਦਰਕ ਦਾ ਕੁੱਟ ਕੇ ਪੇਸਟ ਪਾਵਾਂਗੇ। ਅਤੇ ਫਰੈਂਡਸ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇਹ ਤਾਂ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ, ਅਤੇ ਸਾਨੂੰ ਤੁਹਾਡੇ ਸਬਸਕ੍ਰਾਈਬ ਨਾਲ ਹੌਸਲਾ ਮਿਲਦਾ ਅੱਗੇ ਵੀਡੀਓ ਬਣਾਉਣ ਲਈ। ਅਤੇ ਚਲੋ ਹੁਣ ਆਪਾਂ ਇਹਨੂੰ, ਜੇ ਤੁਹਾਨੂੰ ਮੇਰੀ ਵੀਡੀਓ ਸਾਗ ਦੀ ਪੂਰੀ ਦੇਖਣੀ ਹੋਵੇ ਤਾਂ ਮੇਰੀਆਂ ਪੁਰਾਣੀਆਂ ਵੀਡੀਓ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ, ਉਹਨਾਂ ਵਿੱਚ ਮੇਰੀ ਪਹਿਲਾਂ ਇਹ ਰੈਸਪੀ ਸ਼ੇਅਰ ਕੀਤੀ ਹੋਈ ਹੈ। ਹੁਣ ਆਪਾਂ ਇਹਨੂੰ ਧੋ ਕੇ ਸਮਾਰ ਕੇ ਧਰ ਲੈਂਦੇ ਹਾਂ ਸਾਗ ਨੂੰ।
आपां ने नवा चुल्हा बनाया जी। देखो पहले दिन अज आप ने झग बाली है, अजे इन पांडू फेरना रह गया। और मेरे को हम टाइम नहीं सी कि मैं फिर फेरांगे। फोन की बैटरी डाउन हो गई जिदे करके वीडियो बनाने वीडियो बनाने करके फोन की बैटरी उड़ीकद रहे तो टाइम बहुत हो गया साग न। अज साग लेट हो गया साढ़ा, नहीं तो साग मैं बहुत सजरे बनानी है। पता नहीं अभी की हो गया, इन्नी फोन की बैटरी चार्ज नहीं सी हो रहा फोन। हाँ जी फ्रेंड्स, जो थोड़ी मेरी वीडियो वधिया लगे तो मेरी वीडियो लाइक सबसक्राइब शेयर कमेंट करके जरूर दस्यो। हम आप अगली वीडियो मिलते हैं। थैंक यू।